नानकसर संपर्दा। सो बीते दिन बहुत ज़्यादा रौला पिया कि महाराज के सरूप जो वो लैके जाते हैं किसी तरीके दे नाल ते उन्हां वल्लों माण मर्यादा का चंगी तरह ध्यान नहीं रखा गया। हुण जिहड़े कहिंदे सी असीं कर सकदे आं, असीं इत्थों कोई कमेटियां बनावांगे, असीं कोई फौज खड़ी करांगे, असीं वेखांगे, ਉਹ ਹੁਣ ਵੇਖ ਲੈਣ ਵੀ ਜਿੱਥੋਂ ਉਹਨਾਂ ਨੂੰ ਲਿਫਾਫੇ ਮਿਲਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਐਡੀ ਵੱਡੀ ਤਹੀਨ ਹੋਈ ਆ। ਮਤਲਬ ਸਿੱਧੀ ਸਿੱਧੀ ਗੱਲ ਉਹਨਾਂ ਦੇ ਕਹਿਣ ਮੁਤਾਬਕ ਵੀ ਸਾਡੇ ਬਾਬਿਆਂ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਆ। ਉਹ ਬਾਬੇ ਲੱਖੇ ਨਾਲ ਉਹ ਕੋਈ ਰਿਪੋਰਟਰ ਵੀਰ ਸਾਡਾ ਸਿੱਖ ਵੀਰ ਉਹ ਕਰ ਰਿਹਾ ਗੱਲ ਅਤੇ ਉਹ ਕਹਿੰਦਾ ਮੇਰੇ ਸੇਵਾਦਾਰਾਂ ਨੇ ਲੱਖ ਲਾਂਤ ਡੁੱਬ ਕੇ ਮਰ ਜਾਓ, ਤੇਰੇ ਸੇਵਾਦਾਰ ਕਾਹਦੇ ਹੋ ਗਏ ਬਈ। ਉਹ ਲੱਖਿਆ ਮੈਂ ਤੈਨੂੰ ਕਹਿਣਾ ਚਾਹੁੰਦਾ, ਮੈਂ ਇੱਕ ਗੁਰੂ ਦਾ ਸਿੱਖ ਗਰੀਬ ਸਿੱਖ ਹੈਗਾ, ਤੈਨੂੰ ਗੁਰੂ ਨੇ ਰੱਖਿਆ ਹੋਇਆ, ਤੈਨੂੰ ਘਰੋਂ ਰੋਟੀ ਨਹੀਂ ਮਿਲਦੀ ਤਾਂ ਕਰਕੇ ਥੋ ਤੁਸੀਂ ਡੇਰਿਆਂ 'ਚ ਆਉਂਦੇ ਆ। ਜੇ ਤੈਨੂੰ ਘਰ ਦੇ ਰੋਟੀ ਦਿੰਦੇ ਹੁੰਦੇ ਤਾਂ ਸ਼ਾਇਦ ਤੂੰ ਨਾਨਕਸਰ ਨਾ ਜਾਂਦਾ ਅਤੇ ਉੱਥੇ ਪ੍ਰਬੰਧਕ ਨਾ ਬਣਦਾ। ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਨੇ ਤੈਨੂੰ ਰੱਖਿਆ ਹੋਇਆ, ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਪਾਸੇ ਕਰੋ, ਜੇ ਕੁੱਤਾ ਵੀ ਤੁਹਾਨੂੰ ਮੱਥਾ ਟੇਕ ਜਾਏ। ਆਪਣਾ ਸਾਂਝਾ ਪੰਜਾਬ ਟੀ ਵੀ 'ਤੇ ਦੋਸਤੋ ਤੁਹਾਡਾ ਸਵਾਗਤ, ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਬਰਗਾੜੀ ਹੈਗੇ ਹਾਂ, ਬਹਿਬਲ ਕਲਾਂ, ਕੋਟਕਪੁਰਾ, ਤੁਹਾਨੂੰ ਸਾਰਾ ਕੁਝ ਚੇਤਾ ਹੈਗਾ। ਸਨ 2015 ਬੀਤੀ, ਕੱਲ੍ਹ ਵੀ ਫਗਵਾੜੇ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਆ, ਉੱਥੇ ਵੀ ਗੁਰਬਾਣੀ ਦੀ ਬੇਅਦਬੀ ਹੋਈ ਆ, ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ, ਆਏ ਦਿਨ ਇੱਥੇ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ ਜਿਹੜੀਆਂ ਸਿੱਖਾਂ ਦੀਆਂ ਆਪਦੇ ਆਪ ਨੂੰ ਸਿਰਮੌਰ ਜਥੇਬੰਦੀਆਂ ਖਵਾਉਂਦੀਆਂ ਨੇ। ਪਰ ਜਦੋਂ ਇੱਦਾਂ ਦੇ ਮਸਲੇ ਹੁੰਦੇ ਆ ਜਾਂ ਪੰਜਾਬ ਅਤੇ ਖਾਲਸਾ ਪੰਥ ਦੇ ਉੱਪਰ ਕੋਈ ਵੱਡੀ ਭੀੜ ਬਣਦੀ ਹੈ, ਉਸ ਵੇਲੇ ਬਰਾਬਰ ਸੜਕਾਂ ਦੇ ਉੱਪਰ ਆ ਕੇ ਉਹ ਬਹਿੰਦੇ ਨਹੀਂ ਹੈਗੇ, ਏਸੀ ਰੂਮਾਂ ਦੇ ਵਿੱਚ ਰਹਿੰਦੇ ਹੈਗੇ ਆ। ਪੰਜਾਬ ਦੀ ਧਰਤੀ ਦੇ ਉੱਪਰ ਵੱਡੇ ਵੱਡੇ ਡੇਰੇ ਵੀ ਹੈਗੇ ਨੇ, ਵੱਡੇ ਵੱਡੇ ਨਾਂ ਵੀ ਹੈਗੇ ਨੇ। 108 ਤੁਸੀਂ ਵੇਖੋਗੇ, ਕਈ ਜਗ੍ਹਾ 1008 ਇੱਦਾਂ ਵੀ ਲਿਖਿਆ ਹੁੰਦਾ ਹੈਗਾ। ਸੋ ਵੱਖ ਵੱਖ ਸੰਪਰਦਾਵਾਂ ਹੈਗੀਆਂ ਨੇ ਨਾਨਕਸਰ ਸੰਪਰਦਾ। ਸੋ ਬੀਤੇ ਦਿਨੀ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਕਿ ਮਹਾਰਾਜ ਦੇ ਸਰੂਪ ਜਦੋਂ ਉਹ ਲੈ ਕੇ ਜਾਂਦੇ ਆ ਕਿਸੇ ਤਰੀਕੇ ਦੇ ਨਾਲ ਅਤੇ ਉਹਨਾਂ ਵੱਲੋਂ ਮਾਣ ਮਰਿਆਦਾ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਿਆ ਗਿਆ। ਸੋ ਅੱਜ ਇੱਥੇ ਦੀਵਾਨ ਸਜਾ ਸੀਗਾ, ਸਜੇ ਹੋਏ ਦੀਵਾਨਾਂ ਦੇ ਵਿੱਚ ਭਾਈ ਸੁਖਜੀਤ ਸਿੰਘ ਖੋਸੇ ਮੇਰੇ ਨਾਲ ਹੈਗੇ ਨੇ, ਇਹਨਾਂ ਨੇ ਉਸ ਮੁਤਲਕ ਗੱਲਬਾਤ ਕੀਤੀ ਸੀਗੀ ਠੋਕ ਵਜਾ ਕੇ। ਮੈਂ ਚਾਹੁੰਦਾ ਕਿ ਮਾਮਲਾ ਵੀ ਇਹਨਾਂ ਦੇ ਕੋਲੋਂ ਸਾਰਾ ਜਾਣਦੇ ਹਾਂ, ਇਹਨਾਂ ਦੇ ਵਿਚਾਰ ਵੀ ਜਾਣਦੇ ਹਾਂ। ਸਾਰਾ ਤੋਂ ਪਹਿਲਾਂ ਤਾਂ ਦੱਸ ਦਿਓ ਜੀ, ਮਾੜਾ ਜਿਹਾ ਖੁੱਲ੍ਹ ਕੇ ਵੀ ਚੱਕਰ ਕੀ ਸੀਗਾ, ਮਸਲਾ ਕੀ ਸੀਗਾ ਉਹ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਹੈਗੀ। ਅਕਸਰ ਹੀ ਸਤਿਕਾਰ ਕਮੇਟੀ 'ਤੇ ਬਲੇਮ ਕਰਦੇ ਸੀਗੇ ਕਿ ਜੀ ਇਹ ਇੱਦਾਂ ਕਰਦੇ ਆ ਜੀ, ਆਪ ਹੁਦਰੀਆਂ ਕਰਦੇ ਆ, ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ, ਇੱਦਾਂ ਮਤਲਬ ਅਸੀਂ ਕਰ ਸਕਦੇ ਹਾਂ। ਹੁਣ ਜਿਹੜੇ ਕਹਿੰਦੇ ਸੀ ਅਸੀਂ ਕਰ ਸਕਦੇ ਹਾਂ, ਅਸੀਂ ਇੱਥੋਂ ਕੋਈ ਕਮੇਟੀਆਂ ਬਣਾਵਾਂਗੇ, ਅਸੀਂ ਕੋਈ ਫੌਜ ਖੜੀ ਕਰਾਂਗੇ, ਅਸੀਂ ਵੇਖਾਂਗੇ, ਉਹ ਹੁਣ ਵੇਖ ਲੈਣ ਵੀ ਜਿੱਥੋਂ ਉਹਨਾਂ ਨੂੰ ਲਿਫਾਫੇ ਮਿਲਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਐਡੀ ਵੱਡੀ ਤਹੀਨ ਹੋਈ ਆ ਵੀ ਉਹਨਾਂ ਪ੍ਰਬੰਧਕਾਂ ਦਾ ਹੀ ਉੱਥੇ ਕਹਿਣਾ ਵੀ ਸਾਡੇ ਇੱਥੇ 10 ਲੱਖ ਦਾ ਇਕੱਠ ਹੋਇਆ ਸੀਗਾ। ਜੇ ਤੁਹਾਡੇ ਭਰਾਈ ਭਾਈ 10 ਲੱਖ ਦਾ ਇਕੱਠ ਹੋਇਆ ਸੀਗਾ ਇੱਥੇ, ਤੁਹਾਡੇ 10 ਲੱਖ ਦਾ ਇਕੱਠ ਹੋ ਗਿਆ, ਪਰੰਤੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੌਰ ਸਾਹਿਬ ਕਰਨ ਵਾਲਾ ਇੱਕ ਵੀ ਬੰਦਾ ਨਹੀਂ ਤੁਹਾਨੂੰ ਲੱਭਿਆ? ਫਿਰ ਸ੍ਰੀ ਅਕਾਲ, ਤੁਹਾਡੀ ਆਪਣੀ ਆਪਣੀ ਮਰਿਆਦਾ, ਕਿਸੇ ਦੀ ਕੁਝ ਹੋਵੇ, ਕਿਸੇ ਦੀ ਕੁਝ ਹੋਵੇ, ਉਹ ਤਾਂ ਨਹੀਂ, ਪਰੰਤੂ ਜਿੰਨੀਆਂ ਮਰਿਆਦਾਵਾਂ ਚੱਲਦੀਆਂ ਨੇ ਸਮੇਤ ਕਾਲ ਤੱਕ ਸਾਹਿਬ, ਸਾਰੀਆਂ ਮਰਿਆਦਾ ਇਹ ਗੱਲ ਕਹਿੰਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਕਿਤਿਓਂ ਪ੍ਰੇਮੀ ਦੇ ਘਰ ਲਿਜਾਣਾ ਹੋਵੇ ਜਾਂ ਪ੍ਰੇਮੀ ਦੇ ਘਰੋਂ ਗੁਰੂ ਘਰ ਲਿਜਾਣਾ ਹੋਵੇ ਜਾਂ ਕਿਸੇ ਸਾਧ ਬਾਬੇ ਦੇ ਅਸਥਾਨ 'ਤੇ ਲਿਜਾਣਾ ਹੋਵੇ ਜਿੱਦਾਂ ਉਹ ਨਾਨਕਸਰ ਜਗਰਾਵਾਂ ਹੋਇਆ, ਉੱਥੇ ਟਹਿਲ ਸੇਵਾ ਵਾਸਤੇ 5 ਸਿੰਘਾਂ ਦਾ ਹੋਣਾ ਲਾਜ਼ਮੀ ਆ, ਪਹਿਰੇਦਾਰ ਦਾ ਹੋਣਾ ਲਾਜ਼ਮੀ ਆ, ਚੋਬਦਾਰ ਦਾ ਹੋਣਾ ਲਾਜ਼ਮੀ ਆ, ਚੌਰ ਸਾਹਿਬ ਵਾਲੇ ਦਾ ਹੋਣਾ ਲਾਜ਼ਮੀ ਆ, ਜਲ ਵਾਲੇ ਦਾ ਹੋਣਾ ਲਾਜ਼ਮੀ ਆ, ਐਵੇਂ ਕਰਕੇ। ਅਤੇ ਜੇ ਸਾਰਿਆਂ ਨੂੰ ਪਤਾ, ਛੋਟੇ ਛੋਟੇ ਬੱਚੇ ਨੂੰ ਵੀ ਮੇਰਾ ਖਿਆਲ ਪਤਾ, ਜੇ ਕੋਈ ਬੱਚੇ ਵੀ ਘਰਾਂ ਵਿੱਚ ਇਹੋ ਜਿਹੀ ਗੱਲ ਕਰਦੇ ਆ ਨਾ, ਮੈਂ ਛੋਟੇ ਛੋਟੇ ਬੱਚੇ ਵੇਖਦੇ ਹਾਂ ਫੱਟੀ ਦੇ ਉੱਤੇ ਜਾਂ ਪੀੜ੍ਹੀ ਦੇ ਉੱਤੇ ਕੱਪੜਾ ਪਾ ਕੇ ਅਤੇ ਗੁਰੂ ਬਣਾ ਵਾਹਿਗੁਰੂ ਬਣਾ ਲੈਂਦੇ ਆ ਅਤੇ ਉਹ ਸਿਰ 'ਤੇ ਰੱਖਦੇ, ਉਹ ਵੀ 5-5 ਬੱਚੇ ਵੀ 5 ਪੂਰੇ ਹੁੰਦੇ ਆ, ਇਹ ਤਾਂ ਬੱਚਿਆਂ ਨਾਲੋਂ ਵੀ ਗਈ ਗੁਜਰੀ ਹਰਕਤ ਆ। ਅਤੇ ਮਤਲਬ ਉੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਸ਼੍ਰੋਮਣੀ ਸਥਾਨ ਆ ਅਤੇ ਫਿਰ ਸਤਿਗੁਰੂ ਨੂੰ ਪਿਛਲੀਆਂ ਸੀਟਾਂ ਦੇ ਉੱਤੇ ਮੈਂ ਖਿਮਾ ਮੰਗਦਾ ਫਿਰ ਸੈੱਟ ਕੇ ਲੈ ਕੇ ਗਏ ਆ, ਇੱਕ ਇੱਕ ਨਹੀਂ 2-2, 3-3 ਸਰੂਪ ਸੈੱਟ ਕੇ ਲੈ ਕੇ ਗਏ ਆ, ਘੋਰ ਅਪਰਾਧ ਪਾਪ। ਫਿਰ ਜਿਹੜੇ ਸਿੰਘਾਂ ਨੇ ਸਾਡੇ ਉੱਥੇ ਗੁਰਮੁਖ ਪਿਆਰਿਆਂ ਨੇ ਇਹਨਾਂ ਨੂੰ ਸਮਝਾਉਣ ਦਾ ਵਧਾਉਣ ਦਾ ਯਤਨ ਕੀਤਾ, ਇਹਨਾਂ ਦੇ ਬਾਬੇ ਕਿਸੇ ਇੰਟਰਵਿਊ 'ਚ ਕਹਿ ਰਿਹਾ ਜੀ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਸੀ, ਉਹ ਨਿਦਾਨ ਸੀਗੇ, ਤੁਹਾਡੇ ਨਿਦਾਨ ਅਮੀਰ ਜ਼ਾਦੇ ਮਲਕ ਭਾਗੋ ਦੇ ਵਾਰਸ ਸਾਡੇ ਸਿੰਘਾਂ ਦੇ ਗਲ ਪੈਂਦੇ ਸੀਗੇ।
वो गुरु क्या सिखा दे गल पेंदे सी कि तुसी सानू हुन्ने कौन हो कहण वाले, असी तां वड्डे बाबिआं दे 1008 वाले बाबिआं दे असी सेवादार हाँ, सानू मर्यादा दा पता, मतलब सीधी सीधी गल उहनां दे कहण मुताबक भी साडे बाबिआं दे अधीन गुरु ग्रंथ साहिब आ, ते उह सारा कुछ जिहड़ा अखां दे सामणे ही, जिहड़ा भी सच्चा सिख हैगा उहदे कोलों इह जिहड़ी एड्डी वड्डी नरादरी वेख के जरी नहीं गई हैगी। किदां लोक किन्ना कुछ कह रहे आ सोशल मीडिया ते किन्ना कुछ हो रहा, परंतु जिहड़े साडे सरमौर तख्तां दे जथेदार आ जी, सरमौर पंज तख्त आ साडे, बदकिस्मती नूं हुण साडे तिन जथेदार रह गए आ, इक को दो दा प्रबंध आ, इक एडे को दे ते इलजाम लगे आ कि मेरा ख्याल आम सिख आम किसी क्रिमिनल बंदे ते वी उहो जिहे इलजाम नहीं लगदे, तो तख्त बहे तख्ते की लायक जे शायद वाचिया हुंदा ते इहो जिहे इलजामां दा सामना, मतलब उह चले गए होए आ। जिहड़े गए गुजरे रह गए हुण उन्हां दी जबान सी नूं ताला लग्या होया, उन्हां दा मूँह सीता होया, वह बोलते नहीं, उन्हां नूं आह पंक्ति भुल गई आ, बोल सो धर्मी अड़िया मौन कत धारी, मौन धारी बैठे हुए आ। जे कितें बादल हर जाण जां कितें होर कुछ अजिहा हो जाए जिहदे नाल अकाली दल पार्टी नूं लॉस हो जाए, सत्ती कप्पणी अग लभ जू, हाए पंथ पंथ खतरे विच हो गया, कट्टे हो जाओ प्रचार करो, आ तुहाडा जिहड़ा डम गुरु दा देह धारी वाला पखंड चल रहा इत्थे नानक सर दे उत्ते, इन्हां ने की करता, तुहाडा मूँह क्यों नहीं खुलिया? गुरु ग्रंथ साहिब आ, अज असी जे अकाली फूला सिंह तुहाडी सीट दे उत्ते बैठे होंदे कि वह चुप रह जांदे, कि वह बोलदे ना, तुसीं क्यों नहीं बोलदे? फिर होर संपर्दावां होर निहंग सिंह जथेबंदियां दे मुखी टकसालां दे मुखी सारयां दे मूँह सीते होए आ, क्यों? क्योंकि मोहरले बन्ने धड़ा वड्डा आ, धड़ा वड्डा आ, जदों जांदे आ उत्थों लिफाफा बुरकी वड्डी पैंदी है, सो इस करके बहुत ज़्यादा वड्डी तहीन होई आ, ते फिर मोहरले बन्ने आ जांदी आ भी सरकार गुरु के सिखा ने एप्लीकेशन दिती, तो धमातड़ जहा बंदे दे किसे दे जिन्हें पाठों का प्रबंध किया उत्ते एप्लीकेशन करती, क्यों? मास्टर माइंड जिन्हों के प्रबंध ही हे हेठ मेरा ख्याल उत्थे 25-26 है मुखी, ये पहला तो थोड़े सी वो महाराज कहिंदे आ कुलां देंदे बावले लैंदे वड्डे नलज, हाँ जी, तो चूहा खड्ड ना मावी तिक्कल बन्ने छज, ये लोग की करते फिरते आ, तो इन्हों ने उत्थे पग्गां लईयां होईयां, पग्गां दी इन्हां दी लड़ाई हुंदी आ, कोई इन्हां ने खंड पाठां दा वखरा उत्थे चार्जर रख्या होया, इहदा इंचार्ज आ जी, आ मेन प्रबंधक आ जी, आ साधु बाबा साधु सिंह दी संगत आ जी, आ बाबा कुंदन सिंह दी संगत आ जी, आ बाबा नारायण सिंह दी संगत आ जी, आ बाबा मंगल सिंह दी संगत आ जी, आ बाबा गेजा सिंह दी संगत आ जी, आ अरविंद सिंह दी संगत आ, किन फिर गुरु दी संगत कित्थे गई? वह तो उन्होंने संगत होगी, मैंने लगता एक कुछ लफ्ज इदा भी उन्होंने बोलिया कि आ मेरे सेवादार, हाँ बाबे लखे नालों कोई रिपोर्टर वीर साडा सिख वीर वो कर रहा गल, तो वह कहिंदा मेरे सेवादार ने, लख लांत डुब के मर जाओ, तेरे सेवादार कादे हो गए बई, तू कौन हुन्ना? गुरु फिर वह कहिंदा जी साढ़े 90 सरूप इत्थे रखे हुए आ, और लख्या मैं तैनू कहना चाहुंना मैं एक गुरु का सिख गरीब सिख हैगा, तेनू गुरु ने रख्या होया, तेनू घरों रोटी नहीं मिलती ਤਾਂ ਕਰਕੇ ਥੁ ਤੁਸੀਂ ਡੇਰਿਆਂ 'ਚ ਆਉਂਦੇ ਆ, ਜੇ ਤੈਨੂੰ ਘਰ ਦੇ ਰੋਟੀ ਦਿੰਦੇ ਹੁੰਦੇ ਤਾਂ ਸ਼ਾਇਦ ਤੂੰ ਨਾਨਕਸਰ ਨਾ ਜਾਂਦਾ, ਉੱਥੇ ਪ੍ਰਬੰਧਕ ਨਾ ਬਣਦਾ, ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਨੇ ਤੈਨੂੰ ਰੱਖਿਆ ਹੋਇਆ, ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਪਾਸੇ ਕਰੋ, ਜੇ ਕੁੱਤਾ ਵੀ ਤੁਹਾਨੂੰ ਮੱਥਾ ਟੇਕ ਜਾਏ, ਤੁਸੀਂ ਬੰਦਿਆਂ ਦੀ ਗੱਲ ਕਰਦੇ, ਤੁਸੀਂ ਬੰਦਿਆਂ ਨੂੰ ਆਪਦੇ ਸੇਵਾਦਾਰ ਬਣਾਉਂਦੇ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਨੂੰ ਵੇਚਣਾ ਸ਼ੁਰੂ ਕੀਤਾ ਹੋਇਆ, ਤੁਸੀਂ ਕਹਿੰਦੇ ਹੋ ਜੀ 350 ਖੰਡ ਪਾਠ ਸਾਹਿਬ, ਹਾਂਜੀ 350 ਖੰਡ ਪਾਠ ਸਾਹਿਬ, ਤਾਂ ਫਿਰ ਉਹਦਾ ਪ੍ਰਬੰਧਕ ਤੁਹਾਡਾ ਪਿਓ ਕਰੂਗਾ, ਗੁਰੂ ਗ੍ਰੰਥ ਸਾਹਿਬ ਦੀ ਟਹਿਲ ਸੇਵਾ ਤੁਹਾਡਾ ਬਾਪ ਕਰੂਗਾ, ਤੁਸੀਂ ਕਹਿੰਦੇ ਹਾਂ ਜੀ ਸਾਡੇ ਜੇ ਕਿਤੇ ਜਾਂਦਾ ਜੀ ਪਾਲਕੀ ਸਾਹਿਬ ਹੋਣਾ ਚਾਹੀਦਾ, ਹੁੰਦਾ ਚੰਦੋਆ ਲੱਗਾ ਹੁੰਦਾ, ਅਤੇ ਪਾਲਕੀ ਸਾਹਿਬ ਅਤੇ ਚੰਦੋਆ ਕੀ ਤੁਹਾਡੇ ਕੋਲ ਪੈਸੇ ਦੀ ਘਾਟ ਆ? ਤੁਹਾਡੇ ਕੋਲ ਇਨਕਮ ਨਹੀਂ ਹੈਗੀ? ਤੁਹਾਡੇ ਕੋਲ ਜਿਹੜੇ ਲੋਕ ਉੱਥੇ ਗੱਡੀਆਂ ਲੈ ਕੇ ਆਏ ਆ, ਕੋਈ ਕੋਈ ਗੱਡੀਆਂ ਮੈਂ ਵੇਖੀਆਂ ਜਿਹੜੀਆਂ ਸੱਜਣ ਜੀ ਕਰੋੜ ਕਰੋੜ ਰੁਪਏ ਦੀ ਗੱਡੀ ਵੀ ਹੈਗੀਆਂ ਸੀਗੀਆਂ ਜਿਹੜੀਆਂ, ਪਰੰਤੂ ਉਹਨਾਂ ਦੇ ਵਿੱਚ ਉਹ ਜਿਹੜੀਆਂ ਕਰੋੜ ਕਰੋੜ ਵਾਲੀਆਂ ਗੱਡੀਆਂ ਸੀ ਉਹਨਾਂ ਵਿੱਚ ਮੋਨੇ ਮੁੰਡੇ ਸੀ, ਉਹਨਾਂ ਨੇ ਧੱਕਾ ਕੀਤਾ, ਪੁਲਿਸ ਨੇ ਵੀ ਸ਼ਰਾਰਤ ਦੇ ਨਾਲ ਉਹ ਜਿੰਨੇ ਵੀ ਮੋਨੇ ਮੁੰਡੇ ਸੀ ਅੱਗੇ ਕੱਢਤੇ, ਅਤੇ 5-7 ਬੰਦੇ ਜਿਹੜੇ ਥੋੜ੍ਹਾ ਜਿਹਾ ਸਾਬ ਸੂਰ ਸੀਗੇ ਫਿਰ ਉਹਨਾਂ ਨੂੰ ਰੱਖ ਲਿਆ। ਫਿਰ ਵੱਡੀ ਗੱਲ ਇਹ ਆ ਵੀ ਉਹ ਜਿਹੜੇ 25-28 ਜਾਂ 20 ਕਿੰਨੇ ਸਰੂਪ ਆ, ਕਿਉਂਕਿ ਉਹ ਗਿਣਤੀ ਤਾਂ ਹੋ ਨਹੀਂ ਸਕੀ ਹੈਗੀ ਫਟਾਫਟ, ਨਾ ਉਹ ਮਾਹੌਲ ਇੱਦਾਂ ਦਾ ਸੀਗਾ, ਇਹ ਕਹਿੰਦੇ ਜੀ ਸਾਨੂੰ ਕੋਪਰੇਟ ਨਹੀਂ ਕੀਤਾ, ਉਹਨਾਂ ਨੂੰ ਸਮਝਾਉਣ ਵਾਲਾ ਨਹੀਂ ਸੀ ਕੋਈ, ਅਤੇ ਹਰ ਸਾਲ ਹੁੰਦਾ ਸੀ ਇਹ ਕਿਸੇ ਪ੍ਰੇਮੀ ਨੇ ਦਿਲ ਦੇ ਉੱਤੇ ਆਪਦੇ ਪੱਥਰ ਰੱਖ ਕੇ ਇੱਕ ਸਾਲ ਵੇਖੀ, ਦੂਜੇ ਸਾਲ ਉਹਨੇ ਸਿੰਘਾਂ ਨਾਲ ਕੰਡਕਟ ਕੀਤਾ, ਫਿਰ ਉਹ ਸਾਰੀ ਗੱਲ ਹੋਈ। ਫਿਰ ਇਹਨਾਂ ਦਾ ਇੱਕ ਹੰਸਰਾ ਹੈਗਾ, ਉਹ ਉੱਥੋਂ ਕਹਿੰਦਾ ਜੀ ਪਰਚਾ ਸਤਿਕਾਰ ਕਮੇਟੀ 'ਤੇ ਹੋਣਾ ਚਾਹੀਦਾ, ਹਾਂਜੀ ਹਾਂਜੀ, ਅੱਛਾ ਇਹਨੂੰ ਆਪਦੇ ਪਾਲਤੂ ਕੁੱਤੇ ਨੂੰ ਲਗਾਮ ਪਾਓ,
मतलब सत्कार कमेटी वालों का की कसूर आ? इतनी मार पई कर लाने तैं की दर्द आया? तू कहना यह बेदबी नहीं कताही है, तू कहना बेदबी हुंदी है भी गलियां च रुल जाने नालियां च रुल जाने, इहदा मतलब असीं इस गल की वेट करिए हुण पिछलियां सीटां ते सैट देना जोड़ियां समेत लै जाना चौर साहब तो बिना लै जाना हंसरे पागले भी बेदबी हुंदी है। सो इस करके अफसोस हैगा आम सिख जिहड़ा उहनूं दर्द होया आ जथेबंदियां दे मुखी ते तख्तां दे जथेदार मूँह च घुंगणियां पा के बैठे हुए आ। गल गुरु ग्रंथ साहिब दी आ जी। ਜਿੰਨੇ ਵੀ ਸੱਜਣ ਹੈਗੇ ਨੇ ਜ਼ਰੂਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਬੇਅਦਬੀ ਹੈ।